ਸਰਦਾਰ ਜਗਜੀਤ ਸਿੰਘ ਜੀ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੀ ਜਗ ਜਿਉਂਦਿਆਂ ਦੇ ਮੇਲੇ ਦੀ ਸ਼ੁਰੂਆਤ ਕੀਤੀ ਸੀ, ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਜੋ ਆਪਣਾ ਸਲਾਮ ਪੇਸ਼ ਕਰਨ। ਉਹ ਬਹੁਤ ਹੀ ਵਧੀਆ ਕਵਿਤਾ ਪੰਜਾਬੀ, ਉਰਦੂ, ਹੋਰ ਵੀ ਭਾਸ਼ਾਵਾਂ ਵਿੱਚ ਲਿਖ ਲੈਂਦੇ ਨੇ। ਸੋ ਮੈਂ ਸਿੱਧੂ ਸਾਹਿਬ ਨੂੰ ਬੇਨਤੀ ਕਰਾਂ ਕਿ ਉਹ ਆਪਣਾ ਕਲਾਮ ਪੇਸ਼ ਕਰਨ। ਸਿੱਧੂ ਸਾਹਿਬ ਸਤਿਕਾਰਯੋਗ ਮੈਂਬਰ ਸਾਹਿਬਾਨ ਅਤੇ ਅੱਜ ਦੇ ਇਸ ਸਮਾਗਮ ਨੂੰ ਲਿਖਣ ਵਾਲੀ ਜਿਹੜੀ ਸਾਡੀ ਐਗਜ਼ੈਕਟਿਵ ਕਮੇਟੀ ਹੈ, ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਕਿ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਅੱਗੇ ਹੋਰ ਵੀ ਬਹੁਤ ਵਧੀਆ ਬਣਾਉਣ ਦਾ ਜਿਹੜਾ ਯਤਨ ਕੀਤਾ ਹੈ। ਹਰ ਪ੍ਰੋਗਰਾਮ ਦੇ ਵਿੱਚ ਜਿਹੜੀ ਹੈ ਕੋਈ ਨਾ ਕੋਈ ਜਿਹੜੀ ਹੈ ਉਮਤਾਈ ਹੁੰਦੀ ਹੈ, ਉਸ ਨੂੰ ਜਿਹੜਾ ਚੰਗਾ ਬਣਾਉਣਾ ਉਹ ਐਗਜ਼ੈਕਟਿਵ ਕਮੇਟੀ ਦਾ, ਉਹਨਾਂ ਦਾ ਸਮੁੱਚੇ ਤੌਰ 'ਤੇ ਫਰਜ਼ ਹੁੰਦਾ ਹੈ। ਸੋ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ। ਸੋ ਜਿੱਥੋਂ ਤਾਈਂ ਕਵਿਤਾ ਦੀ ਗੱਲ ਹੈ, ਇੱਥੇ ਲਖਨਊ ਦੇ ਜਿਹੜੇ ਸ਼ਾਇਰ ਆ ਉਹਨਾਂ ਦੀ ਗੱਲ ਭਰਪੂਰ ਸਿੰਘ ਉਹਨਾਂ ਨੇ ਵੀ ਕੀਤੀ ਸੀ ਅਤੇ ਦੂਸਰੇ ਬੱਬਰ ਸਾਹਿਬ ਨੇ ਵੀ ਕੀਤੀ ਸੀ। ਸੋ ਕੁਛ ਦਿਨ ਹੋਏ ਮੈਂ ਬੱਸ ਦੇ ਵਿੱਚ ਆ ਰਿਹਾ ਸੀ ਅਤੇ ਇੱਕ ਨਵਾਂ ਸੱਜਣ ਜਿਹੜਾ ਸੀ ਇੰਡੀਆ ਤੋਂ ਆਇਆ ਸੀ ਉਹ ਵੀ ਬੱਸ ਦੇ ਵਿੱਚ ਬੈਠਾ ਸੀ ਅਤੇ ਮੈਂ ਉਹਨਾਂ ਨਾਲ ਗੱਲਾਂ ਬਾਤਾਂ ਕਰਨ ਲੱਗਿਆ। ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਨਵੇਂ ਆਏ ਹੋ, ਕਹਿੰਦਾ ਹਾਂ ਜੀ। ਅਤੇ ਮੈਂ ਕਿਹਾ ਕਿਸ ਤਰ੍ਹਾਂ ਦਾ ਤੁਹਾਨੂੰ ਲੱਗਾ? ਉਹ ਕਹਿੰਦਾ ਜੀ ਇਹ ਨਾ ਪੁੱਛੋ, ਕਹਿੰਦਾ ਇਹ ਮੇਰਾ ਜਿਹੜਾ ਦਿਲ ਹੈ ਉਹ ਦੱਸ ਨਹੀਂ ਸਕਦਾ। ਅਤੇ ਮੈਂ ਤਾਂ ਬਹੁਤ ਇੱਥੇ ਫਸਿਆ ਹੋਇਆ ਅਤੇ ਮੈਂ ਕੁਝ ਦਿਨਾਂ ਦੇ ਵਿੱਚ ਚਲੇ ਜਾਣਾ। ਸੋ ਉਸ ਦੀ ਜਿਹੜੀ ਹਾਲਤ ਹੈ ਉਸ ਨੂੰ ਉਰਦੂ ਦੇ ਜਿਹੜੇ ਮਸ਼ਹੂਰ ਸ਼ਾਇਰ ਜਿਹਦਾ ਨਾਂ ਅਸਲ ਅਸਰਾਰੁਲ ਹੱਕ ਮਜਾਜ਼ ਸੀ, ਮਜਾਜ਼ ਲਖਨਵੀ, ਉਸਨੇ ਆਪਣੀ ਇੱਕ ਬਹੁਤ ਵਧੀਆ ਜਿਹੜੀ ਹੈ ਪੋਇਮ ਉਸ ਦੇ ਵਿੱਚ ਜਿਹੜਾ ਇਸ ਦਾ ਜ਼ਿਕਰ ਕੀਤਾ ਸੀਗਾ। ਸਾਰੀ ਪੋਇਮ ਬਹੁਤ ਲੰਬੀ ਹੈ ਪਰ ਉਸਦੀ ਇੱਕ ਦੋ ਲਾਈਨਾਂ ਜਿਹੜੀਆਂ ਉਹ ਤੁਹਾਡੇ ਨਾਲ ਮੈਂ ਸਾਂਝੀਆਂ ਕਰਾਂਗਾ, ਜਿਹਦੇ ਵਿੱਚ ਉਸ ਇਨਸਾਨ ਦਾ ਜਿਹੜਾ ਇੱਥੇ ਆਇਆ ਪਰਦੇਸੀ ਬਣ ਕੇ ਉਸ ਦਾ ਜਿਹੜਾ ਦਰਦ ਜਾਂ ਇਸ ਦੇ ਬਾਰੇ ਉਹ ਸੋਚਦਾ ਸੀ, ਕਿਸ ਤਰ੍ਹਾਂ ਸੋਚਦਾ ਸੀ। ਸੋ ਉਸਦੀ ਜਿਹੜੀ ਸਾਰੀ ਹੈਗੀ ਹੈ ਲਖਨਵੀ ਸਾਹਿਬ ਦੀ ਜਿਹੜੀ ਗਜ਼ਲ ਹੈ ਉਹ ਹੈ ਇਹ ਵਹਿਸ਼ ਤੇ ਦਿਲ ਕਿਆ ਕਰੂੰ, ਇਹ ਗਮੇ ਦਿਲ ਕਿਆ ਕਰੂੰ। ਅਤੇ ਉਸ ਵਿੱਚ ਉਸਨੇ ਲਿਖਿਆ ਕਿ ਸ਼ਹਿਰ ਕੀ ਰਾਤ ਔਰ ਮੈਂ ਨਾ ਸ਼ਾਦ ਨਾ ਕਾਰਾ ਫਿਰੂੰ। ਇੱਥੇ ਜਦੋਂ ਆਪਾਂ ਬਾਹਰ ਦੇਖਦੇ ਹਾਂ ਲਾਈਟਾਂ ਜਗਮ ਹੁੰਦੀਆਂ, ਉਸਨੇ ਕਿਹਾ ਕਿ ਸ਼ਹਿਰ ਕੀ ਰਾਤ ਔਰ ਮੈਂ ਨਾ ਸ਼ਾਦ ਨਾ ਕਾਰਾ ਫਿਰੂੰ, ਜਗਮਗਾਤੀ ਜਾਗਤੀ ਸੜਕੋਂ ਪੇ ਆਵਾਰਾ ਫਿਰੂੰ, ਜਗਮਗਾਤੀ ਜਾਗਤੀ ਸੜਕੋਂ ਪੇ ਆਵਾਰਾ ਫਿਰੂੰ। ਗੈਰ ਕੀ ਬਸਤੀ ਹੈ, ਗੈਰ ਕੀ ਬਸਤੀ ਹੈ, ਕਬ ਤੱਕ ਦਰ ਬਦਰ ਮਾਰਾ ਫਿਰੂੰ, ਗੈਰ ਕੀ ਬਸਤੀ ਹੈ, ਕਬ ਤੱਕ ਦਰ ਬਦਰ ਮਾਰਾ ਫਿਰੂੰ, ਇਹ ਗਮੇ ਦਿਲ ਕਿਆ ਕਰੂੰ, ਇਹ ਵਹਿਸ਼ ਤੇ ਦਿਲ ਕਿਆ ਕਰੂੰ। ਸੋ ਜਦੋਂ ਇੱਥੇ ਕੋਈ ਆਉਂਦਾ ਉਹ ਬਾਹਰ ਹੀ ਰੌਣਕ ਦੇਖ ਕੇ ਅਤੇ ਫਿਰ ਜਦੋਂ ਵੀ ਆਪਦੀ ਹਾਲਤ ਹੁੰਦੀ ਹੈ ਉਹਦੇ ਬਾਰੇ ਫਿਰ ਜਿਹੜਾ ਹੈ। ਸੋ ਉਰਦੂ ਦੇ ਜਿਹੜੇ ਕੁਝ ਸ਼ੇਰ ਸਿਰਫ ਮੈਂ ਲਿਖੇ ਸੀਗੇ ਕਿਉਂਕਿ ਆਪਣੀ ਇਸ ਸੁਸਾਇਟੀ ਦੇ ਵਿੱਚ
ਜਿਹੜੇ ਬਾਦਾ ਕਾਸ਼ ਜਾਂ ਮੈਂ ਕਾਸ਼ ਉਹਨਾਂ ਦੀ ਕੋਈ ਕਮੀ ਨਹੀਂ, ਸੋ ਉਹਨਾਂ ਦੀ ਉਸ ਸਾਰੀ ਹਾਲਤ ਬਾਰੇ ਹੈ। ਨਿਗਾਹੇ ਤਰਸ ਰਹੀ ਥੀ ਸਾਕੀ ਕੀ ਨਜ਼ਰੇ ਕਰਨ ਕੋ, ਨਿਗਾਹੇ ਤਰਸ ਰਹੀ ਥੀ ਸਾਕੀ ਕੀ ਨਜ਼ਰੇ ਕਰਨ ਕੋ, ਪਲਕੋਂ ਕਾ ਬੋਝ ਮਗਰ ਉਸੇ ਉਠਾਇਆ ਨਾ ਗਿਆ, ਪਲਕੋਂ ਕਾ ਬੋਝ ਮਗਰ ਉਸੇ ਉਠਾਇਆ ਨਾ ਗਿਆ। ਸੋ ਬੱਬਰ ਸਾਹਿਬ ਝਾਕਦੇ ਸੀਗੇ ਸਾਕੀ ਵੱਲ, ਅਤੇ ਸਾਕੀ ਨਹੀਂ ਵੀ ਪਾਈ ਸੀ ਕਿ ਵੀ ਕਦੋਂ ਇਹ ਆਪਣੀਆਂ ਅੱਖਾਂ ਚੁੱਕੂਗਾ। ਸੋ ਪਿਆਲਾ ਸਾਹਮਣੇ ਥਾ, ਪਿਆਲਾ ਸਾਹਮਣੇ ਥਾ ਮਗਰ ਹਾਥ ਮੇਂ ਜੁੰਬਸ਼ ਨਾ ਥੀ, ਪਿਆਲਾ ਸਾਹਮਣੇ ਥਾ ਮਗਰ ਹਾਥ ਮੇਂ ਜੁੰਬਸ਼ ਨਾ ਥੀ, ਹੌਸਲਾ ਕਰਕੇ ਵੀ ਹਾਥ ਬੜਾਇਆ ਨਾ ਗਿਆ, ਹੌਸਲਾ ਕਰਕੇ ਵੀ ਹਾਥ ਬੜਾਇਆ ਨਾ ਗਿਆ। ਇਹ ਸਾਰੇ ਮਹਿਕਸ਼ਾਂ ਬਾਰੇ ਜਿਹੜੇ ਆਪਣੇ ਸੁਸਾਇਟੀ ਦੇ ਜਿਹੜੇ ਉਹਨਾਂ ਸਾਰਿਆਂ ਬਾਰੇ ਜ਼ਿਕਰ ਹੈ ਕਿ ਤੁਮ ਤੋਂ ਗਾਲਬ ਕੇ ਨਕਸ਼ੇ ਕਦਮ ਪਰ ਹੋ ਚੱਲਣੇ ਵਾਲੇ, ਤੁਮ ਤੋਂ ਗਾਲਬ ਕੇ ਹੋ ਨਕਸ਼ੇ ਕਦਮ ਪੇ ਚੱਲਣੇ ਵਾਲੇ, ਗਮੇ ਗਰਦਸ਼ੇ ਦੌਰਾਂ ਕਾ ਅਖਬਾਰ ਰਾਹ ਮੰਜ਼ਿਲ ਪਾਇਆ ਨਾ ਗਿਆ, ਗਰਦਸ਼ੇ ਮੰਜ਼ਿਲ ਕਾ ਅਖਬਾਰ ਰਾਹ ਮੰਜ਼ਿਲ ਪਾਇਆ ਨਾ ਗਿਆ। ਚਲੋ ਖੁਸ਼ ਰਹੋ ਐ ਮਹਿਫਲੇ ਮੈਂ ਖਾਰੋ, ਚਲੋ ਖੁਸ਼ ਰਹੋ ਐ ਮਹਿਫਲੇ ਮੈਂ ਖਾਰੋ, ਹਮ ਵੀ ਖੁਸ਼ ਹੈ ਇਸ ਬਜ਼ਮ ਮੇਂ ਨਾਮ ਲਿਖਵਾਇਆ ਨਾ ਗਿਆ, ਹਮ ਵੀ ਖੁਸ਼ ਹੈ ਇਸ ਬਜ਼ਮ ਮੇਂ ਨਾਮ ਲਿਖਵਾਇਆ ਨਾ ਗਿਆ। ਸਾਕੀਆ ਸਲਾਮਤ ਰਹੇ ਤੇਰਾ ਮੈਂ ਕਦਾ, ਖੁਸ਼ ਰਹੇ ਜੀ ਮੈਂ ਕਸ਼, ਸਾਕੀਆ ਸਲਾਮਤ ਰਹੇ ਤੇਰਾ ਮੈਂ ਕਦਾ, ਖੁਸ਼ ਰਹੇ ਜੇ ਮੈਂ ਕਸ਼, ਜ਼ਹੇ ਕਿਸਮਤ ਹਮਸੇ ਇਸ ਮਹਿਫਲ ਮੇਂ ਆਪਣਾ ਨਾਮ ਲਿਖਵਾਇਆ ਨਾ ਗਿਆ, ਜ਼ਹੇ ਕਿਸਮਤ ਹਮਸੇ ਇਸ ਮਹਿਫਲ ਮੇਂ ਆਪਣਾ ਨਾਮ ਲਿਖਵਾਇਆ ਨਾ ਗਿਆ। ਸੋ ਇਹ ਉਰਦੂ ਦੇ ਕੁਝ ਤੁਹਾਡੇ ਇਹਦੇ ਬਾਰੇ ਸੀ। ਸੋ ਪੰਜਾਬੀ ਦੇ ਮੈਂ ਇੱਕ ਜਿਹੜੀ ਪਿੱਛੇ ਕਥਾ ਕਹੀ ਸੀਗੀ ਉਹ ਮੈਂ ਭਾਲਦਾ ਸੀ ਵੀ ਲੱਭ ਜੇ, ਪਰ ਮੈਨੂੰ ਲੱਭੀ ਨਹੀਂ। ਤਾਂ ਉਹਦੇ ਦੋ ਚਾਰ ਸ਼ੇਰ ਜਿਹੜੇ ਮੈਂ ਲਿਖੇ ਹੈ, ਇਹ ਜਗ ਮੇਲਾ ਚਾਰ ਦਿਹਾੜੇ, ਇਹ ਜਗ ਮੇਲਾ ਚਾਰ ਦਿਹਾੜੇ, ਹੱਸ ਹੱਸ ਸ਼ੁਕਰ ਮਨਾਓ ਯਾਰ, ਹੱਸ ਹੱਸ ਸ਼ੁਕਰ ਮਨਾਓ ਯਾਰ। ਕੁਝ ਦਿਨ ਹੋਏ ਆਪਣੇ ਇੱਥੇ ਟੋਰਾਂਟੋ ਤੋਂ ਆਏ ਸੀ ਸੱਜਣ, ਟੋਰਾਂਟੋ ਬਹੁਤ ਵੱਡਾ ਸ਼ਹਿਰ ਹੈ, ਆਪਣੇ ਸਰੀ ਵੈਨਕੂਵਰ ਬਹੁਤ ਵੱਡੇ ਸ਼ਹਿਰ ਹੈ, ਹੋਰ ਵੀ ਜਿਹੜੇ ਸ਼ਹਿਰ ਹੈ ਜਿਨ੍ਹਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਆਪਣੀਆਂ ਸੁਸਾਇਟੀਆਂ ਹੈ। ਪਰ ਤੁਹਾਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੀ ਵਧੀਆ ਸੁਸਾਇਟੀ ਕਿਸੇ ਵੀ ਸ਼ਹਿਰ 'ਚ ਨਹੀਂ ਹੈ। ਜਿਸ ਤਰ੍ਹਾਂ ਤੁਸੀਂ ਇੱਥੇ ਪਿਆਰ ਦੇ ਨਾਲ ਬੈਠਦੇ ਹੋ, ਚਲੋ ਉੱਚਾ ਨੀਵਾਂ ਜਿਹੀ ਤਾਂ ਬੋਲਿਆ ਜਾਂਦਾ ਕੋਈ ਗੱਲ ਨਹੀਂ, ਪਰ ਫਿਰ ਵੀ ਤੁਸੀਂ ਸਾਰੇ ਇੱਥੇ ਆ ਕੇ ਬੈਠਦੇ ਹੋ। ਬਾਹਰੋਂ ਆਉਣ ਵਾਲਾ ਹਰ ਸੱਜਣ ਜਿਹੜਾ ਉਹ ਇਹ ਸੋਚਦਾ ਹੈ ਕਿ ਇਹੋ ਜਿਹੀ ਸੁਸਾਇਟੀ ਜਿਹਦੇ ਕੋਲ 3 ਲੱਖ ਰੁਪਈਆ ਵੀ ਹੋਵੇ, $3 ਲੱਖ ਵੀ ਹੋਵੇ, ਅਤੇ ਜ਼ਮੀਨ ਵੀ ਹੋਵੇ, ਕੋਈ ਲੈਣਾ ਦੇਣਾ ਨਾ ਹੋਵੇ, ਅਤੇ ਹਾਲਤ ਹੀ ਇਹ ਸੁਸਾਇਟੀ ਹਾਲਤ ਹੀ ਲੜੀ ਕਿਉਂ ਨਹੀਂ ਗਈ। ਉਹ ਬੜੇ ਹੈਰਾਨ ਹੁੰਦੇ ਹੈ ਵੀ ਸੁਸਾਇਟੀ ਦੇ ਜਿਹੜੇ ਮੈਂਬਰ ਹੈ ਇਹ ਕਿੰਨੇ ਜਿਹੜੇ ਹੈ ਸਮਝਦਾਰ। ਸੋ ਇਹ ਜਗ ਮੇਲਾ ਚਾਰ ਦਿਹਾੜੇ, ਹਾਸਾ ਸ਼ੁਕਰ ਮਨਾਓ ਯਾਰ, ਇੱਥੇ ਕਿਸੇ ਨੇ ਬੈਠ ਨਹੀਂ ਰਹਿਣਾ, ਇੱਥੇ ਕਿਸੇ ਨੇ ਬੈਠ ਨਹੀਂ ਰਹਿਣਾ, ਅੱਖਾਂ ਨਾ ਕੜ ਘੂਰੀ ਨਾ ਵੱਟ, ਘੁੱਟ ਕੇ ਹੱਥ ਮਿਲਾਓ ਯਾਰ,
ਘੁੱਟ ਕੇ ਹੱਥ ਮਿਲਾਓ ਯਾਰ, ਇਹ ਕਰ ਤੇਰਾ ਇਹ ਕਰ ਸਾਡਾ ਜੰਨਤ ਵਰਗਾ, ਇਹ ਕਰ ਤੇਰਾ ਇਹ ਕਰ ਸਾਡਾ ਜੰਨਤ ਵਰਗਾ। ਹੱਸਦਾ ਹੱਸਦਾ ਆ ਅਤੇ ਹੱਸਦਾ ਹੱਸਦਾ ਜਾਓ ਯਾਰ, ਬੁੱਲੇ ਸ਼ਾਹ ਦਾ ਆਖਾ ਮੰਨ ਕੇ ਲਾ ਦੇ ਲੋਈ, ਬੁੱਲੇ ਸ਼ਾਹ ਦਾ ਆਖਾ ਮੰਨ ਕੇ ਲਾ ਦੇ ਲੋਈ। ਬੁੱਕਲ ਦੇ ਵਿੱਚ ਐਵੇਂ ਨਾ ਮੂੰਹ ਲਕਾਓ ਯਾਰ, ਬੁੱਕਲ ਦੇ ਵਿੱਚ ਐਵੇਂ ਨਾ ਮੂੰਹ ਲਕਾਓ ਯਾਰ। ਸੋ ਛੱਡ ਕੇ ਸਾਰੇ ਗੁੱਸੇ ਗਿੱਲੇ ਗੋਲੇ ਉੱਤੇ ਡੁਕੀ ਲਾ ਕੇ, ਛੱਡ ਕੇ ਸਾਰੇ ਗੁੱਸੇ ਗਿੱਲੇ ਗੋਲੇ ਉੱਤੇ ਡੁਕੀ ਲਾ ਕੇ, ਤੇਰਾ ਤੇਰਾ ਕਰਦਾ ਘਰ ਨੂੰ ਹੱਸਦਾ ਹੱਸਦਾ ਜਾਓ ਯਾਰ, ਤੇਰਾ ਤੇਰਾ ਕਰਦਾ ਘਰ ਨੂੰ ਹੱਸਦਾ ਜਾਓ। ਸਿੱਧੂ ਸਾਹਿਬ ਨੇ ਉਰਦੂ ਵਿੱਚ ਪੰਜਾਬੀ ਦੇ ਵਿੱਚ ਸਾਨੂੰ ਨਜ਼ਮਾਂ ਸੁਣਾ ਕੇ ਖੁਸ਼ ਕੀਤਾ ਹੈ। ਸੋਸਾਇਟੀ ਬਾਰੇ ਵੀ ਉਹਨਾਂ ਆਪਣੀ ਅਜਾਈ ਕੀਤੀ ਹੈ।